ਨਾ ਬੰਦਾ ਸੇਵਾ ਕਰੇ ਨੀਅਤ ਨਾਲ ਬੇਈਮਾਨੀ ਨਾ ਕਰੇ ਹੂੰ ਤੇ ਆਰਾਮ ਸਕੂਨ ਨਾਲ ਖਰਚੇ ਕੱਢ ਕੇ ਤੇ ਜਨਾਬ ਰੁਪਈਆ ਜਿਹੜਾ ਆ 1.5 ਤੋਂ 2 ਲੱਖ ਬੰਦਾ ਪਿਆ ਕਮਾਉਂਦਾ ਠੀਕ ਹੋ ਗਿਆ ਯਾਨੀ ਘਰ ਰਹਿ ਕੇ 2 1.5 ਤੋਂ 2 ਲੱਖ ਪਿਆ ਬੰਦਾ ਆਰਾਮ ਨਾਲ 20 ਡੰਗਰ ਸੁੱਏ ਹੋਂਤਾ ਸੀ 2 ਲੱਖ ਤੋਂ ਜ਼ਿਆਦਾ ਵੀ ਬੰਦਾ ਪਿਆ ਕਮਾਉਂਦਾ ਬਚਤ ਬਚਤ ਤੇ ਦੀ ਠੀਕ ਹੋ ਗਿਆ ਜਨਾਬ ਇਹ ਸਾਰੇ ਕਮਾ ਸਕਦੇ ਨੇ ਅੱਛਾ ਠੀਕ ਹੈ

ਮਹਮਦ ਆਸਰਬਾਬ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਜਾਨਵਰਾਂ ਦਾ ਮਾਲ ਡੰਗਰ ਦਾ ਕੰਮ ਕਰਦੇ ਆ ਜਨਾਬ ਤਕਰੀਬਨ 9 8 10 ਸਾਲ ਹੋ ਗਏ 8 ਤੋਂ 10 ਸਾਲ ਹੋ ਗਏ ਹਾਂਜੀ ਤੇ ਜਦੋਂ ਤੁਸੀਂ ਜਦੋਂ ਦੇ ਵੱਡੇ ਹੋਏ ਹੋ ਇਹੀ ਕੰਮ ਕਰਦੇ ਹੋ ਜਾਂ ਫਿਰ ਕੋਈ ਹੋਰ ਵੀ ਕੰਮ ਕੀਤਾ ਨਾਲ ਨਹੀਂ ਜਨਾਬ ਮੈਂ ਇਹ ਹੀ ਕੰਮ ਕਰਨਾ ਪਿਆ ਅੱਛਾ ਵਿੱਚ ਮੈਂ ਕੰਮ ਛੱਡਿਆ ਸੀ ਅੱਛਾ ਤੇ ਉਹਦੇ ਬਾਅਦ ਫਿਰ ਇਹ ਹੀ ਸ਼ੁਰੂ ਕੀਤਾ ਕਿ ਸ਼ੌਕ ਵੀ ਇਹ ਇਹ ਕੰਮ ਸ਼ੁਰੂ ਕੀਤਾ ਤੇ ਇਹ ਕਰਦੇ ਆ ਛੱਡਿਆ ਕਿਉਂ ਸੀ ਤੇ ਫਿਰ ਦੁਬਾਰਾ ਕਿਉਂ ਸ਼ੁਰੂ ਕੀਤਾ ਉਹ ਵਾਲਾ ਸਾਹਿਬ ਬਾਹਰ ਚਲੇ ਗਏ ਸਰ ਕਲਾਸ ਅੱਛਾ ਉਸ ਵਜ੍ਹਾ ਤੋਂ ਨਹੀਂ ਨਿظام ਚੱਲਦਾ ਠੀਕ ਹੋ ਗਿਆ ਹੁਣ ਇਹ ਜਿਹੜਾ ਕੋਈ ਸਾਨੂੰ 4-5 ਸਾਲ ਹੋ ਗਏ ਨੇ ਫਿਰ ਸ਼ੁਰੂ ਕੀਤੇ ਆ ਠੀਕ ਹੋ ਗਿਆ ਯਾਨੀ ਤੁਸੀਂ ਡੰਗਰਾਂ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ ਨਹੀਂ ਹੋਰ ਨਾਲ ਜ਼ਿੰਮੇਦਾਰ ਹੈ ਬਸ ਤੇ ਹੈ ਇਹ ਸਹੀ ਹੋ ਗਿਆ ਤੇ ਜਦੋਂ ਦੀ ਉਹ ਸੰਭਾਲੀ ਜੇ ਕੋਈ ਇਹੀ ਕੰਮ ਕਰਦੇ ਹੋਏ ਹਾਂਜੀ ਇਹੀ ਕਰਦੇ ਆ ਯਾਂ ਯਾਨੀ ਕਿ ਵੱਡੇ ਹੋ ਕੇ ਸ਼ੁਰੂ ਕੀਤਾ ਨਹੀਂ ਜਾਉਂਦੀ ਹੋਸ਼ ਸੰਭਾਲ ਲਈ ਸਕੂਲ ਛੱਡਿਆ ਉਹਦੇ ਬਾਅਦ ਆਇਆ ਕੀਤਾ ਜ਼ਬਰਦਸਤ ਜ਼ਬਰਦਸਤ ਇਹਦਾ ਮਤਲਬ ਹੈ ਕਿ ਸਾਡੇ ਵੀਰ ਭਰਾ ਜਿਹੜੇ ਸਾਨੂੰ ਸੁਣਦੇ ਨੇ ਪੇ ਪਾਕਿਸਤਾਨ ਚ ਵੀ ਪਾਕਿਸਤਾਨ ਤੋਂ ਬਾਹਰੋਂ ਵੀ ਉਹਨਾਂ ਵਾਸਤੇ ਤੁਹਾਡੀਆਂ ਗੱਲਾਂ ਇੰਤਹਾਹੀ ਮਫੀਦ ਹੋਣ ਵਾਲੀਆਂ ਨੇ ਅੱਛਾ ਭਈਆ ਦੱਸਿਓ ਕਿ ਤੁਹਾਡੇ ਕੋਲ ਇਸ ਟਾਈਮ ਕਿੰਨੇ ਜਾਨਵਰ ਨੇ ਛੋਟੇ ਵੱਡੇ ਮੱਝਾਂ ਜਾਂ ਗਾਵਾਂ ਸਾਰੇ ਟੋਟਲ ਤੁਹਾਡੇ ਫਾਰਮ ਤੇ ਕਿੰਨੇ ਜਾਨਵਰ ਨੇ ਨਾ ਮੇਰੇ ਕੋਲ ਇਸ ਟਾਈਮ ਕੋਈ 16 17 ਜਾਨਵਰ ਨੇ 16 17 ਜਾਨਵਰ ਨੇ ਹਾਂਜੀ ਇਹਦੇ ਵਿੱਚ ਜਾ ਵੀ ਭਾ ਕੇ ਜਾ ਕੁਛ 20 ਲਾ ਲੋ ਹੀ ਜਾਂਦੇ ਨੇ ਜਾਬਾਕ ਠੀਕ ਹੋ ਗਿਆ ਯਾਨੀ ਕਿ ਤੁਸੀਂ ਇਸ ਟਾਈਮ 20 ਡੰਗਰਾਂ ਦਾ ਤੁਸੀਂ ਫਾਰਮ ਚਲਾ ਰਹੇ ਹੋ ਹਾਂਜੀ ਅੱਛਾ ਵਾਜ਼ੇ ਤੌਰ ਤੇ ਗੱਲ ਦੱਸਣੀ ਜੇ ਤੇ ਨਿਚੋੜ ਕੱਢਣਾ ਜੇ ਅੱਜ ਸੱਚੀਆਂ ਤੇ ਖਰੀਆਂ ਗੱਲਾਂ ਕਰਨੀਆਂ ਜੇ ਇਹ ਦੱਸੋ ਕਿ ਇਸ ਕੰਮ ਵਿੱਚ ਕਿੰਨਾ ਕੁ ਫਾਇਦਾ ਬੰਦੇ ਨੂੰ ਹੋ ਸਕਦਾ ਹੈ ਯਾਨੀ ਕਿ ਮਹੀਨੇ ਦੇ 20 ਡੰਗਰਾਂ ਤੋਂ ਵਗਰ ਸਹੀਦ ਦੀ ਕਿਨ ਸੇਵਾ ਕੀਤੀ ਜਾਏ ਤੇ ਕਿੰਨੇ ਕੁ ਇਨਕਮ ਕਮਾਈ ਜਾ ਸਕਦੀ ਹੈ ਜਨਾਬ 20 ਡੰਗਰਾਂ ਦੀ ਇਹ ਅچھے ਤਰੀਕੇ ਨਾਲ ਬੰਦਾ ਸੇਵਾ ਕਰੇ ਨiyet ਨਾਲ ਬੇਈਮਾਨੀ ਨਾ ਕਰੇ ਹੂੰ ਤੇ ਆਰਾਮ ਸਕੂਨ ਨਾਲ ਖਰਚੇ ਕੱਢ ਕੇ ਤੇ ਜਨਾਬ ਰੁਪਈਆ ਜਿਹੜਾ ਆ 1.5 ਤੋਂ 2 ਲੱਖ ਬੰਦਾ ਪਿਆ ਕਮਾਉਂਦਾ ਠੀਕ ਹੋ ਗਿਆ ਯਾਨੀ ਘਰ ਰਹਿ ਕੇ 2 1.5 ਤੋਂ 2 ਲੱਖ ਪਿਆ ਬੰਦਾ ਆਰਾਮ ਨਾਲ 20 ਡੰਗਰ ਚ ਸੋਏ ਹੋਂਤਾ ਸੀ 2 ਲੱਖ ਤੋਂ ਜ਼ਿਆਦਾ ਵੀ ਬੰਦਾ ਪਿਆ ਕਮਾਉਂਦਾ ਬਚਤ ਬਚਤ ਤੇ ਦੀ ਠੀਕ ਹੋ ਗਿਆ ਇਹਦੇ ਵਿੱਚ ਇਹ ਵਾਜ਼ੇ ਕਰਨਾ ਜੇ ਕਿ ਜਿਨ੍ਹਾਂ ਦੀ ਆਪਣੀ ਜ਼ਮੀਨ ਹੁੰਦੀ ਏ ਹਾਂਜੀ ਉਹ 2 ਲੱਖ ਕਮਾਉਂਦੇ ਨੇ ਜਾਂ ਜਿਨ੍ਹਾਂ ਦੀ ਨਹੀਂ ਉਹ ਵੀ ਕਮਾ ਸਕਦੇ ਨੇ ਜਨਾਬ ਇਹ ਸਾਰੇ ਕਮਾ ਸਕਦੇ ਨੇ ਅੱਛਾ ਠੀਕ ਹੈ ਇਹ ਖਰਚਾ ਮੇਰੇ ਕੋਲ ਇਸ ਟਾਈਮ ਤਕਰੀਬਨ ਜਿਹੜੇ ਨੇ 10 ਗੰਗਰ ਨੇ ਦੁੱਧ ਦੇਣ ਦੇ ਹੰਮ ਦਸਾਂ ਦੇ ਵਿੱਚੋਂ ਕੁਝ ਖੰਗੜੇ ਨੇ ਕੁਝ ਤਾਜ਼ੇ ਨੇ 100 ਕਿਲੋ ਮੇਰਾ ਦੁੱਧ ਜਾਂਦਾ ਪਿਆ 10000 ਦਾ ਡੇਲੀ ਦਾ ਠੀਕ ਹੈ ਠੀਕ ਹੈ 10000 ਦੇ ਵਿੱਚੋਂ ਸਾਡਾ 3 ਤੋਂ 4000 ਰੁਪਏ ਖਰਚਾ ਸਹੀ ਹੋ ਗਿਆ ਬਾਕੀ ਜੋ ਇਹਨਾਂ ਦਾ ਪੱਠਾ ਇਹਨੇ ਚਾਰਾ ਉਹ ਅਸੀਂ ਆਪਣੀ ਜ਼ਮੀਨ 'ਚ ਬੀਜਿਆ ਹੈ ਕਮਾਦ ਮੁੱਲ ਲਿਆ ਵੰਡਾ ਜਿਹੜਾ ਉਹ ਮੁੱਲ استعمال ਕਰਨੇ। ਯਾਨੀ ਤੁਹਾਡਾ ਕਮਾਦ ਤੇ ਵੰਡਾ ਇਸ ਟਾਈਮ ਮੁੱਲ ਦਾ। ਹਾਂਜੀ। ਬਾਕੀ ਪੱਠਾ ਜਿਹੜਾ ਉਹ ਤੁਹਾਨੂੰ ਜ਼ਮੀਨ ਦਾ ਜਿਹੜਾ ਕੋ ਠੇਕਾ ਠੋਕਾ ਦੇਣਾ ਪੈਂਦਾ ਹੈ ਜਾਂ ਉਹ ਜਿਹੜਾ ਮੁੱਲ ਲੈਣੇ ਪੈਂਦੇ ਆਪਣੀ ਜ਼ਮੀਨ ਹੈ ਸਾਡੀ। ਉਹ ਤੁਹਾਨੂੰ ਸਮੇਂ ਲੱਗ ਗਿਆ ਫਾਇਦੇ ਵਿੱਚ ਜਾ ਰਿਹਾ ਕੰਮ। ਹਾਂਜੀ ਫਾਇਦੇ ਵਿੱਚ ਜਾ। ਤੇ ਤੁਸੀਂ ਕਿਸੇ ਡੰਗਰ ਨੂੰ ਜ਼ਿਆਦਾ ਜ਼ਿਆਦਾ ਕਿੰਨੇ ਕੁ ਸੂਏ ਰੱਖਿਆ ਆਪਣੇ ਕੋਲ? ਤਕਰੀਬਨ 4-5 ਸੂਏ। ਤੇ ਕੀ ਵਜ੍ਹਾ ਦੇ ਬਾਅਦ ਕਿਉਂ ਕੱਟ ਛੜਿਆ ਉਹਨੂੰ? ਉਹਦੇ ਬਾਅਦ ਵਡੇਰਾ ਵੀ ਜਾਂਦਾ ਜਾਨਵਰ। ਉਨੂੰ ਇਸ ਲਈ ਕੱਢ ਦਈਦਾ ਅੱਛਾ ਤੇ ਜ਼ਿਆਦਾਤਰ ਇਹ ਇਹ ਛੋਟੀਆਂ ਚਾਟੀਆਂ ਜਿਹੜੀਆਂ ਨੇ ਕੋਈ 5-4 ਮਹੀਨੇ 5-4 ਸੂਏ ਉਹ ਰੱਖੀ ਦੀਆਂ ਠੀਕ ਹੋ ਗਿਆ ਉਹਦੇ ਬਾਅਦ ਜਿਹੜਾ ਡੰਗਰ ਚੰਗਾ ਲੱਗੇ ਉਹਨੂੰ ਵੇਚਦੇ ਹੀ ਨਹੀਂ ਉਹਨੂੰ ਅਸੀਂ ਭਾਏ ਉਹ ਜਿੰਨੇ ਮਰਜ਼ੀ ਸੂਏ ਸੂਏ ਉਹਦੇ ਕੋਲ نسل ਲੈਂਦੇ ਨੇ ਉਹਦੇ ਕੋਲ نسل ਲੈਦੇ ਨੇ ਜ਼ਬਰਦਸਤ ਜ਼ਬਰਦਸਤ ਕੀ ਬਾਤ ਹੈ ਅੱਛਾ ਤੁਸੀਂ ਦੱਸਿਆ ਕਿ ਜ਼ਮੀਨ ਤੁਹਾਡੀ ਆਪਣੀ ਹੈ ਹਾਂਜੀ ਐਨੇ ਡੰਗਰਾਂ ਵਾਸਤੇ ਪੱਠੇ ਬੀਜਣ ਲਈ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ ਜਨਾਬ ਅਸਾਂ ਦੇ ਜਿਹੜਾ ਹੈ ਸਾਡਾ ਕੰਮ ਹੈ ਉਹ ਅਸਾਂ ਦੇ ਬੀਜਾ ਕੋਈ ਦੋ ਕਿੱਲੇ ਸਟਾਲਾ ਕਿ ਲਾਇਕ ਸਾਡੀ ਕਣਾਂ ਗਿਆ ਹਾਂ ਬੀਜੀ ਵਿੱਚ ਜਵਾ ਹੈ ਠੀਕ ਹੈ ਇਹ ਹੀ ਹਸਨ ਤੇ ਕਿੱਲੇ ਜਿਹੜਾ ਪੱਠੇ ਬੀਜੇ ਨੇ ਇਹਨਾਂ ਵਾਸਤੇ ਨਾਲ ਤੇ ਉਹ ਇੱਕ ਸੀਜ਼ਨ ਪੂਰਾ ਕਰ ਜਾਂਦੇ ਨੇ ਤੇ ਉਹ ਇੱਕ ਸੀਜ਼ਨ ਆ ਹਰਾਮਨਾ ਸਟਾਲਾ ਤੇ ਆਪਣ ਪੱਠੇ ਬੀਜਨ ਤੇ ਉਹਨਾਂ ਨੂੰ ਪਾਣੀ ਛਾਣੀ ਲਾਨ ਤੇ ਉਹਨਾਂ ਦੀ ਵਹਾਈ ਵਗੈਰਾ ਉੱਤੇ ਕਿੰਨਾ ਖਰਚ ਆ ਜਾਂਦਾ ਤਿੰਨਾ ਕਿੱਲਿਆਂ ਦਾ ਉਹਨਾਂ ਦਾ ਅੰਦਾਜ਼ਨ ਅੰਦਾਜ਼ਨ ਤਕਰੀਬਨ ਲਾ ਲਓ ਕਿ 15 ਤੋਂ 20 ਹਜ਼ਾਰ ਰੁਪਏ ਆ ਜਾਂਦਾ ਖਰਚ ਠੀਕ ਹੋ ਗਿਆ ਤੇ ਇਹ ਜਿਹੜੀ ਜਗਾ ਮਾਸ਼ਾਅੱਲਾਹ ਸਾਨੂੰ ਨਜ਼ਰ ਆ ਰਹੀ ਏ ਕੋਈ ਸ਼ੌਧਤ ਤੁਸੀਂ ਆਪਣਾ ਪੱਠੇ ਟੋਕਾ ਸ਼ੋਕਾ ਲਾਇਆ ਐ ਸਾਰਾ ਢਾੜਾ ਬਣਿਆ ਤੇ ਇਹ ਕਿੰਨੀ ਕਿ ਜਗਾ ਹੋਣੀ ਚਾਹੀਦੀ ਏ ਡੰਗਰਾਂ ਵਾਸਤੇ ਜਿੱਥੇ ਡੰਗਰਾਂ ਨੂੰ ਰੱਖਣਾ ਹੈ ਤਾਂ ਕਿ ਉਹਨਾਂ ਦੀ ਜਗਾ ਵੀ ਚੇਂਜ ਕੀਤੀ ਜਾਏ ਪੱਕੀ ਔਰ ਕੱਚੀ ਜਗਾ ਔਰ ਗਰਮੀ ਸਰਦੀ ਵਾਸਤੇ ਵੀ ਇਹ ਜਨਾਬ ਸਾਡੀ ਤੇ ਜਗ੍ਹਾ ਫਿਲਹਾਲ ਥੋੜੀ ਹੈ ਅਸੀਂ ਬਾਹਰ ਰੋਡ ਤੇ ਡੇਰਾ ਬਣਾਉਣ ਲੱਗੇ ਆ ਠੀਕ ਹੈ ਤੇ ਇਸ ਵਜ੍ਹਾ ਤੋਂ ਨਹੀਂ ਬਣਾਇਆ ਕੋਈ ਮਸਲਾ ਮਸਾਇਲ ਸੀ ਤੇ ਅੱਗੋਂ ਅਸਾਂ ਇਨਸ਼ਾਅੱਲਾ ਬਾਹਰ ਰੋਡ ਤੇ ਡੇਰਾ ਕਰਨਾ ਹੈ ਤੇ ਇਹ ਜਗ੍ਹਾ ਜਿਹੜੀ ਇਹ ਵੀ ਤਕਰੀਬਨ ਸਾਡੀ ਕੋਈ ਕਨਾਲ ਡੇਢ ਦੇ ਕਰੀਬ ਹੈ ਸਹੀ ਹੈ ਤੇ ਮਾਸ਼ਾਅੱਲਾ ਇੱਥੇ ਗੁਜ਼ਾਰਾ ਸਾਡਾ ਹੋਣ ਡਿਆ ਬਿਲਕੁਲ ਸਹੀ ਸਹੀ ਹੈ ਇੱਕ ਨੇ ਵੀ ਕਿ ਡੰਗਰ ਆਹਾਂ ਜ਼ਿਆਦਾ ਵਧਾ ਨਹੀਂ ਉਹਦੀ ਵਜ੍ਹਾ ਤੋਂ ਆਹਾਂ ਬਾਹਰ ਡੇਰਾ ਆਪਣਾ ਰੋਡ ਤੇ ਕਰਨਾ ਜਿਹੜੇ ਲੋਕ ਇਹ ਕੰਮ ਕਰਨ ਲੱਗੇ ਆ ਡਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਯਾਰ ਜੇ ਅਗਰ ਪਾਕਿਸਤਾਨ ਵਿੱਚ ਰਹਿ ਕੇ ਆਪਣੇ ਬਾਲ ਬੱਚੇ ਚ ਰਹਿ ਕੇ ਆਪਣੇ ਪਿੰਡ ਘਰ ਰਹਿ ਕੇ ਇਹ ਕੰਮ ਕਰੋ ਉਹਨਾਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਕੀ ਉਹਨਾਂ ਨੂੰ ਗੱਲ ਸੁਣਾਉਣਾ ਚਾਹੋਗੇ ਤਾਂ ਕਿ ਵਸ ਕੰਮ ਤੋਂ ਡਰਨ ਨਾ ਹੋ ਕੰਮ ਕਰਨ ਜਨਾਬ ਮਿਹਨਤ ਹੈ ਨਾ ਜੀ ਉੱਥੇ ਜਾ ਕੇ 3-4 ਵਜੇ ਉੱਠਦੇ ਨੇ ਸੁੱਤੇ ਹਮ ਠੀਕ ਹੈ ਤੇ ਕੰਮਾਂ ਤੇ ਜਾਂਦੇ ਨੇ ਰੋਟੀ ਖਾਣੇ ਪਕਾ ਕੇ ਮਿਹਨਤ ਕਰਕੇ ਉੱਥੇ ਵੀ ਮਜ਼ਦੂਰੀ ਕਰਕੇ ਲੈਂਦੇ ਨੇ ਹਮ ਠੀਕ ਹੈ ਤੇ ਸਾਲ ਬਾਅਦ ਇਹਨਾਂ ਕੰਮ ਇਹੋ ਆਣੇ ਹੁੰਦੇ ਨੇ ਸਾਲ ਬਾਅਦ ਜੋਂ ਆਉਣ ਤੇ ਉਹ ਵੀ ਨੀ ਕੋਲ ਪੂਰੇ ਹੁੰਦੇ ਇਹ ਜਨਾਬ ਅਸਾਂ ਇੱਕ ਇੱਕ ਦੋ ਦੋ ਡੰਗਰ ਕਰਕੇ ਡੰਗਰ ਬਣਾਏ ਸਹੀ ਠੀਕ ਹੈ ਤੇ ਮਾਸ਼ਾਅੱਲਾ ਇਹ ਮਾਲ ਜਿਹੜਾ 40 50 ਲੱਖ ਦਾ ਸਾਡਾ ਮਾਲ ਹੀ ਠੀਕ ਹੈ ਤੇ ਦੂਸਰਾ ਜਦੋਂ ਜਿਹੜਾ ਅਸੀਂ ਖਾ ਰਹੇ ਆ ਇਹਨਾਂ ਤੋਂ ਕੁਮਾਰ ਰਹੇ ਆ ਉਹ ਅਲੱਦਾ ਚੀਜ਼ ਇਨਕਮ ਸਾਡੀ ਅਲੱਗ ਅਲੱਦਾ ਚੱਲਦੀ ਹੈ ਬਾਕੀ ਮਾਲ ਸਾਡਾ ਜਮਾ ਹੈ ਜਦੋਂ ਮਰਜ਼ੀ ਇਹ ਵੇਚ ਸਕਨੇ ਆ 40 50 ਲੱਖ ਰੁਪਈਆ ਸਾਨੂੰ ਆਸ ਜ਼ਬਦਸ 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 ਅੱਛਾ ਐਦਾ ਹੋ ਕੇ ਜਿਹੜੇ ਨੌਜਵਾਨ ਐਸ ਕੰਮ ਨੂੰ ਕਰਨਾ ਚਾਹੁੰਦੇ ਨੇ ਉਹ ਇੱਕ ਗੱਲ ਬੜੀ ਉਹਨਾਂ ਦੇ ਜ਼ਿਹਨ ਵਿੱਚ ਆਂਦੀ ਏ ਕਿ ਯਾਰ ਮੈਂ ਛੋਟੇ ਜਾਨਵਰ ਰੱਖਾਂ ਜਾਂ ਸਰਜਰੀਆਂ ਰੱਖਾਂ ਜਾਂ ਮੈਂ ਖਾਂਗੜੀਆਂ ਲਿਆ ਕੇ ਕਿਉਂਕਿ ਖਾਂਗੜੀਆਂ ਵੀ ਦੁੱਧ ਦਿੰਦੀਆਂ ਨੇ ਹਾਂਜੀ ਔਰ ਖਾਂਗੜੀਆਂ ਵੀ ਆਪਣਾ ਖਰਚ ਪੂਰਾ ਕਰ ਸਕਦੀਆਂ ਨੇ ਐਨਾ ਕ ਦੁੱਧ ਦਿੰਦੀਆਂ ਨੇ ਤੁਸੀਂ ਕੀ ਸੁਜੈਸਟ ਕਰਦੇ ਹੋ ਕੀ ਕਹਿੰਦੇ ਹੋ ਕਿ ਰੱਲੇ ਮਿਲੇ ਜਾਨਵਰ ਰੱਖਣ ਜਾਂ ਫਿਰ ਛੋਟੀਆਂ ਜਾਂ ਸਜਰੀਆਂ ਜਾਂ ਖਾਂਗੜੀਆਂ ਰੱਖਾਂ ਜਨਾਬ ਅਸੀਂ ਤੇ ਦੁੱਧ ਦਾ ਕੰਮ ਕਰਨੇ ਆ ਅਸੀਂ ਤੇ ਲਿਓਨੇ ਆ ਸਜਰੀਆਂ ਠੀਕ ਹੈ ਠੀਕ ਹੈ ਬਾਕੀ ਜਿਹੜੇ ਲੋਕ ਇਹ ਖਾਂਗੜੀਆਂ ਲੈ ਕੇ ਵਨ ਲੋ ਆਂਦੇ ਨੇ ਉਹਦੇ ਚ ਵੀ ਅੱਛੀ ਬਚਤ ਹੈ ਉਹ ਵੀ ਇਹ ਛਾ ਤਰੀਕਾ ਕਰ ਕਿਉਂਕਿ ਸਾਡੇ ਆਪਣੇ ਅਜ਼ੀਜ਼ ਕਰਦੇ ਨੇ ਤੇ ਉਹ ਵੀ ਇਹ ਛਾ ਤਰੀਕਾ ਕਰ ਉਹਦੇ ਚ ਵੀ ਇਨਕਮ ਠੀਕ ਹੈ ਇਹ ਜਿਹੜਾ ਦੁੱਧ ਦਾ ਕਾਰੋਬਾਰ ਇਹ ਜਿਹੜਾ ਆ ਇਹ ਵੇਖ ਕੇ ਮਸਲਨ ਸਾਨੂੰ ਲਾ ਲੋਗੇ ਐਸੇ ਨਾਲੋਂ ਨਾਲ ਪਏ ਮਿਲਦੇ ਨੇ ਸਾਡਾ ਖਰਚਾ ਪਿਆ ਚੱਲਦਾ ਹੈ ਨਾਲ ਨਾਲ ਸਾਡੀ ਬਚਤ ਸਾਨੂੰ ਬਈ ਲੱਭਦੀ ਕਿੰਨੇ ਰੁਪਏ ਕਿਲੋ ਤੁਹਾਡਾ ਦੁੱਧ ਜਾਂਦਾ ਪਿਆ ਅਸੀਂ ਜਨਾਬ ਇੱਥੇ ਫਿਰ ਹਾਲ 100 ਰੁਪਏ ਕਿਲੋ ਦੁੱਧ ਦੇ ਰਹੇ ਲੇਕਿਨ ਅਸੀਂ ਤੇ ਸੁਣਿਆ ਹੈ ਬਲਕਿ ਅਸੀਂ ਮੋਲ ਖਰੀਦਨੇ ਵੀ ਆ 120 ਰੁਪਏ ਵੀ ਜਾਂਦਾ ਪਿਆ ਘਰਾਂ ਚ ਉਹ ਤੁਸੀਂ ਕਿਉਂ 100 ਦਿੰਦੇ ਹੋ ਅਸੀਂ ਜਨਾਬ ਦੁੱਧ ਹੀ ਸਾਡੇ ਕੋਲੋਂ ਖੜਦੇ ਨੇ ਇੱਥੋਂ ਆ ਕੇ ਢੇਰ ਤੋਂ ਚੋਕ ਕੇ ਠੀਕ ਹੈ ਉਹ ਅੱਗੇ ਜਾ ਕੇ 120 ਰੁਪਏ ਹੀ ਸੇਲ ਕਰਦੇ ਨੇ ਲੇਕਿਨ ਅਸੀਂ ਉਹਨਾਂ ਨੂੰ 100 ਰੁਪਏ ਦੇਨੇ ਸਹੀ ਹੋ ਗਿਆ ਤੁਸੀਂ ਸ਼ੁਰੂ ਤੋਂ ਇੱਕ ਲਫ਼ਜ਼ ਬੋਲਿਆ ਸੀ ਕਿ ਇਮਾਨਦਾਰੀ ਨਾਲ ਤੇ ਦੁੱਧ ਤੁਹਾਡਾ ਖਾਲਸ ਹੀ ਜਾਂਦਾ ਹੈ ਖਾਲਸ ਬਿਲਕੁਲ ਖਾਲਸ ਜ਼ਬਰਦਸਤ ਤੇ ਇਹ ਦੱਸੋ ਕਿ ਜਿਹੜੇ ਤੁਹਾਡੇ ਦੁੱਧ ਦੀ ਰੇਸ਼ੋ ਹੈ ਯਾਨੀ ਜਾਨਵਰ ਤੁਹਾਡਾ ਬਹੁਤ ਹੀ ਅੱਛਾ ਕੋ ਜਾਨਵਰ ਤੁਹਾਡੇ ਕੋਲ ਆਇਆ ਹੋਏ ਉਹਨੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੱਤਾ ਜਨਾਬ भैंस ਜਿਹੜੀ ਹੈ ਮਹੀਂ ਜਿਹੜੀ ਹੈ ਇਹ ਜਨਾਬ 20 ਤੋਂ 20 ਕਿਲੋ ਸਿਦਾਂਗੇ ਨੇ ਸਾਡੇ ਕੋਲ 20 ਤੋਂ ਜ਼ਿਆਦਾ ਵੀ ਗਏ ਨੇ ਠੀਕ ਹੈ ਬਾਕੀ ਆਮ ਰੂਟੀਨ ਵਾਈਜ਼ ਜਿਹੜੀਆਂ ਨੇ ਆ ਉਹ 14 15 ਕਿਲੋ 16 17 ਕਿਲੋ ਐ 18 ਚੱਲਦੀ ਤੁਸੀਂ ਆਪਣੇ 10 12 ਸਾਲ ਦੇ ਤਜਰਬੇ ਵਿੱਚ ਕਿੰਨੇ ਕੁ ਡੰਗਰ ਐਸੇ ਵੇਖੇ ਨੇ ਜਿਹੜੇ 20 ਕਿਲੋ ਦੁੱਧ ਦੇਣ ਵਾਲੇ ਹੁੰਦੇ ਨੇ ਤਕਰੀਬਨ ਮੇਰੇ ਕੋਲ ਜਿਹੜੀਆਂ ਨੇ ਕੋ ਤਿੰਨ ਤੋਂ ਚਾਰ ਮਹੀਆ ਆਈਆਂ ਨੇ ਜੀ ਬਿਲਕੁਲ ਬਹੁਤ ਘੱਟ ਹੁੰਦੀਆਂ ਨੇ ਬਹੁਤ ਘੱਟ ਹੁੰਦੀਆਂ ਨੇ ਜਿਹੜੀਆਂ 20 ਕਿਲੋ ਦੁੱਧ ਕਰ ਦਈਆਂ ਨੇ ਸਹੀ ਹੈ ਠੀਕ ਹੈ ਫਿਰ ਹਾਲ ਮੇਰੇ ਕੋਲ ਇਸ ਟਾਈਮ 2:00 ਵਜੀਆਂ ਨੇ ਇੱਕ ਜਿਹੜੀ ਉਹ ਫਿਲਹਾਲ ਕਿਸੇ ਵਾਰ ਨਵੀਂ ਨਹੀਂ ਤੇ ਉਹਨੂੰ ਮੈਂ ਰੱਖਿਆ ਕੋਲ ਵੇਚਿਆ ਨਹੀਂ ਤੇ ਇੱਕ ਜਿਹੜੀ ਉਹ ਦੁੱਧ ਦੇ ਰਹੀ ਹੈ ਠੀਕ ਹੋ ਗਿਆ ਹਾਂਜੀ ਤੇ ਕਿੰਨੇ ਬੰਦੇ ਦਰਕਾਰ ਹੁੰਦੇ ਨੇ ਤੁਹਾਨੂੰ ਸਾਰੇ ਡੰਗਰਾਂ ਨੂੰ 20 ਡੰਗਰਾਂ ਨੂੰ ਛੋਟੇ ਵੱਡਿਆਂ ਨੂੰ ਪਾ ਕੇ ਸੰਭਾਲਣ ਵਾਸਤੇ ਇਹ ਸਿੱਧਾ ਜਨਾਬ 2 ਤੋਂ 3 ਬੰਦੇ ਜੇ ਹੋਰ ਵੀ ਨਾਲ ਜ਼ਿੰਮੇਵਾਰਾ ਵੀ ਤੰਮ ਕਰਨੇ ਆ ਪੇ ਤੇ ਆਪਣਾ ਇਹ ਵੀ ਕੰਮ ਕਰਨੇ ਸਹੀ ਹੋ ਗਿਆ ਦੋ ਬੰਦੇ ਜਿਹੜੇ ਬਿਹਤਰੀਨ 20 ਡੰਗਰਾਂ ਚਾਮ ਸਕਦੇ ਠੀਕ ਹੈ ਆਖਰ ਤੇ ਸਿਰਫ ਸਾਨੂੰ ਇਹ ਗੱਲ ਦੱਸਿਓ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀ ਆਪਣੀ ਜ਼ਮੀਨ ਨਹੀਂ ਜਾਹਰੇ ਉਹਨਾਂ ਉਹ ਵੀ ਖਾਂਦੇ ਨੇ ਜਿਹੜੇ ਲੋਕ ਜ਼ਮੀਨ ਤੇ ਉਹ ਗਾਉਂਦੇ ਨੇ ਉਹ ਵੀ ਖਾਂਦੇ ਨੇ ਜਿਨ੍ਹਾਂ ਦੀ ਜ਼ਮੀਨਾਂ ਨਹੀਂ ਉਹ ਵੀ ਖਾਂਦੇ ਨੇ ਹਾਂਜੀ ਇਸ ਵਾਸਤੇ ਮੈਂ ਪੁੱਛਣਾ ਚਾਹ ਰਿਹਾ ਕਿ ਜਿਨ੍ਹਾਂ ਦੀ ਜ਼ਮੀਨ ਹੈ ਉਹ ਤੇ ਡੰਗਰ ਪਾਲ ਲੈਂਦੇ ਨੇ ਜਿਨ੍ਹਾਂ ਦੀ ਜ਼ਮੀਨ ਨਹੀਂ ਉਹ ਅਗਰ ਕਾਰੋਬਾਰ ਕਰਨਾ ਚਾਹਣ ਤੇ ਉਹਨਾਂ ਵਾਸਤੇ ਵੀ ਕੋਈ ਇਹਦੇ ਵਿੱਚ ਸਕੋਪ ਹੈ ਕਿ ਨਹੀਂ ਉਹਨਾਂ ਵਾਸਤੇ ਵੀ ਹੈ ਜਨਾਬ ਤੇ ਉਹਨਾਂ ਦਾ ਕੋਈ ਤਰੀਕਾ ਸਾਨੂੰ ਦੱਸੋ ਕਿ ਮੁੱਲ ਦੇ ਪੱਠੇ ਲੈਣ ਉਹਨਾਂ ਦਾ ਇਹ ਹੈ ਜਨਾਬ ਉਹ ਪਹਿਲੀ ਠੇਕੇ ਤੇ ਲੱਭ ਜਾਂਦੀ ਆਮ ਰੂਟੀਨ ਵਾਈਜ਼ ਪਹਿਲੀ ਠੇਕੇ ਤੇ ਲੱਭ ਜਾਂਦੀ ਹੈ ਲੇਕਿਨ ਸ਼ਹਿਰ ਦੇ ਵਿੱਚ ਮੌਜੂਦ ਨੇ ਲੋਕੀ ਮੁੱਲ ਦਾ ਹੀ ਚਾਰਾ ਲੈ ਕੇ ਮੁੱਲ ਦਾ ਹੀ ਇਹ ਕੰਮ ਕਰਕੇ ਕਰਦੇ ਨੇ ਬੇ ਕੰਮ ਮਿਹਨਤ ਕਰਦੇ ਨੇ ਸ਼ਹਿਰ ਵਿੱਚ ਦੁੱਧ ਦਾ ਰੇਟ ਵੀ ਜ਼ਿਆਦਾ ਹੁੰਦਾ ਹੈ ਰੇਟ ਜ਼ਿਆਦਾ ਹੈ ਉਹ ਮੁੱਲ ਹੈ ਕਿ ਪੱਠਾ ਵੀ ਮੁੱਲ ਦਾ ਹੈ ਹਰ ਚੀਜ਼ ਹੀ ਉਹਨਾਂ ਦੀ ਮੁੱਲ ਦੀ ਹੈ ਤੇ ਇੱਥੇ ਵੀ ਕੁਝ ਲੋਕ ਹੈ ਨੇ ਜ਼ਮੀਨ ਉਹਨਾਂ ਦੀ ਕੰਮ ਹੈ ਤੇ ਮਾਲ ਉਹਨਾਂ ਜ਼ਿਆਦਾ ਰੱਖਿਆ ਉਹ ਇਹਦੇ ਵੀ ਕਿ ਉਹ ਪੱਠੇ ਮੁੱਲ ਲੈ ਲੈਂਦੇ ਨੇ ਬਾਰੋਂ ਪਹਿਲੀ ਜ਼ਿੰਮੇਦਾਰਾ ਠੇਕੇ ਤੇ ਪਹਿਲੀ ਜਿਹੜੀ ਉਹ ਲੈ ਲੈਂਦੇ ਨੇ ਤੇ ਪੱਠੇ ਕਾਸ਼ਤ ਪਏ ਕਰਦੇ ਤੇ ਉਹ ਵੀ ਬਚਤ ਕਰ ਸਕਦੇ ਨੇ ਹਾਂਜੀ ਬਚਤ ਯਾਨੀ ਉਹਨਾਂ ਨੂੰ ਵੀ ਮਯੂਸ ਨਹੀਂ ਹੋਣਾ ਚਾਹੀਦਾ ਮਯੂਸ ਨਹੀਂ ਹੁੰਦਾ ਤੇ ਕਿੰਨੀ ਕੁ ਮਿਹਨਤ ਇਸ ਕੰਮ ਵਾਸਤੇ ਦਰਕਾਰ ਹੈ ਕੁਝ ਲੋਕਾਂ ਨੇ ਜੀ ਸਾਰਾ ਦਿਨ ਲੱਗਣਾ ਪੈਂਦਾ ਸਵੇਰ ਤੋਂ ਲੱਗੇ ਸ਼ਾਮ ਤੱਕ ਤੇ ਮੈਂ ਪੁੱਛਣਾ ਕਿ ਸਵੇਰੇ ਵੀ ਤੇ ਉੱਠਣਾ ਪੈਂਦਾ ਸ਼ਾਮ ਨੂੰ ਵੀ ਲੇਟ ਤੱਕ ਇਹਨਾਂ ਦੇ ਕੋਲ ਬਹਿਣਾ ਪੈਂਦਾ ਹੈ ਲੇਕਿਨ ਕਿੰਨੇ ਕੁ ਘੰਟੇ ਦਿਹਾੜੀ ਚੰਨ ਦੇਣੇ ਪੈਂਦੇ ਨੇ ਜੀ ਜਨਾਬ ਸਾਰਾ ਦਿਨ ਤੇ ਨਹੀਂ ਅਸੀਂ ਵੀ ਨਹੀਂ ਸਾਰਾ ਦਿਨ ਕਰਦੇ ਸੁਬਾ 8:00 ਵਜੇ ਉੱਠਨੇ ਆ ਦੋ ਬੰਦੇ ਆ ਜਾਂ ਤਿੰਨ ਬੰਦੇ ਆ ਧਾਰਾ ਕੱਢ ਕੇ ਫਿਰ ਅਸੀਂ ਜਿਹੜਾ ਇਹਨਾਂ ਨੂੰ ਪੱਠੇ ਪਾ ਕੇ ਅਸਾਂ ਕੋ 1.2 ਘੰਟਾ ਦੋਸਾਂ ਲੈਂਦੇ ਹੂੰ ਉਹਦੇ ਬਾਅਦ ਦੋ ਘੰਟੇ ਲਾਈ ਦੇਣ ਦੋ ਤਿੰਨ ਘੰਟੇ ਦੇ ਵਿੱਚ ਫਾਰਗ ਹੋਈ ਜਾਂਦਾ ਯਾਨੀ ਅਸੀਂ ਅਗਰ ਕਹੀਏ ਕਿ ਤੁਸੀਂ ਤਿੰਨ ਬੰਦੇ ਚਵੀਆਂ 20 ਡੰਗਰਾਂ ਵਾਸਤੇ ਚਵੀਆਂ ਘੰਟਿਆਂ ਚ ਕੋਈ 4 ਤੋਂ 5 ਘੰਟੇ ਦੇਰੇ ਤੋਂ ਗਲਤ ਨਹੀਂ ਹਾਂਜੀ 5-6 ਘੰਟੇ ਜਿਹੜਾ ਰੂਟੀਨ ਦਾ ਕੰਮ ਕਰੀਏ ਤਾਂ ਕੋਈ ਨਹੀਂ ਮੁਝ ਤੇ ਫਿਰ ਤੇ ਕੋਈ ਬਹੁਤ ਜ਼ਿਆਦਾ ਮਿਹਨਤ ਤਲਬ ਕੰਮ ਨਹੀਂ ਹੈ ਨਹੀਂ ਮਿਹਨਤ ਤਲਬ ਕੋਈ ਨਹੀਂ ਜਨਾਬ ਸਿਰਫ ਹੈ ਇਹ ਥੋੜਾ ਜਿਹਾ ਟਾਈਮ ਮੰਗਦਾ ਕੰਮ ਨੀਅਤ ਨਾ ਕਰੋ ਤਾਂ ਕੋਈ ਮਿਹਨਤ ਤਲਬ ਨਹੀਂ ਜ਼ਬਰਦਸਤ ਤੁਸੀਂ ਬੜੀਆਂ ਮਫੀਦ ਗੱਲਾਂ ਦਸੀਆਂ ਸਾਨੂੰ ਔਰ ਸੱਚੀਆਂ ਤੇ ਖਰੀਆਂ ਤੁਸੀਂ ਗੱਲਾਂ ਕੀਤੀਆਂ ਨੇ ਤੁਹਾਡਾ ਇੰਟਰਵਿਊ ਵੀ ਯਾਦਗਾਰ ਰਹੇਗਾ ਔਰ ਮੈਨੂੰ ਉਮੀਦ ਹੈ ਕਿ ਲੋਕ ਸਾਡੇ ਜਿਹੜੇ ਵੇਖ ਰਹੇ ਹੋਣਗੇ ਉਹ ਤੁਹਾਨੂੰ ਪਸੰਦ ਕਰਨਗੇ ਤੁਹਾਡੇ ਇੰਟਰਵਿਊ ਨੂੰ ਪਸੰਦ ਕਰਨਗੇ